ਸਤਿ ਸ਼੍ਰੀ ਅਕਾਲ ਭੂਆ ਜੀ, ਭੂਆ ਜੀ ਮੇਰੀ ਗੱਲ ਸੁਣੋ। ਸਤਿ ਸ਼੍ਰੀ ਅਕਾਲ, ਬੜੇ ਚਿਰਾਂ ਪਿੱਛੋਂ। ਗੱਲ ਤਾਂ ਸੁਣੋ, ਵੀਡੀਓ ਦਾ ਸੀਨ ਕੀ ਬਣ ਰਿਹਾ ਵਾ ਕਿ ਭੂਆ ਰੱਬ, ਸਤਿ ਸ਼੍ਰੀ ਅਕਾਲ ਵੀਰ ਜੀ, ਰੱਬ ਵੱਲੋਂ ਹੀ ਭੂਆ ਜੀ ਤੁਹਾਡੇ ਸੀਨ ਇੱਦਾਂ ਦੇ ਆਈ ਜਾਣ ਡੇ ਹੁਣ ਕਿ ਭੂਆ ਜੀ ਬਹੁਤ ਘੱਟ ਆਉਣ ਡੇ ਵੀਡੀਓ 'ਚ, ਅਤੇ ਆਪਣਾ ਵੀ ਨਹੀਂ ਜੀ ਲੱਗਣ ਡਿਆ, ਸਾਡਾ ਤਾਂ ਚਲੋ ਜਿਹੜਾ ਨਹੀਂ ਨਾ ਲੱਗਣ ਡਿਆ, ਸਾਡੇ ਭੈਣ ਭਰਾਵਾਂ ਦਾ ਬਿਲਕੁਲ ਜੀ ਨਹੀਂ ਲੱਗਣ ਡਿਆ। ਉਹ ਕਹਿੰਦੇ ਝੂਠੀ, ਹੋ ਅੰਨਰਾ ਝੂਠ, ਕਿਉਂ ਕਹਿਣ, ਕਿਹੜੀ ਗੱਲ ਝੂਠ ਭਰਾਵਾ, ਐਵੇਂ ਝੂਠ ਨਾ ਬੋਲੀ ਦੇ, ਕਿਹੜਾ ਝੂਠ ਹੈ, ਚੱਲ ਦੱਸੋ। ਸੀ ਇਹਨਾਂ ਦੇ ਉਹ ਬਿਮਾਰ ਪੈ ਗਈ, ਮਹਾ ਠੀਕ ਕੀਤਾ 10 ਦਿਨਾਂ ਬਾਅਦ। ਹਾਂ ਵੇ ਵੇ, ਚੱਲ ਨਹੀਂ ਭੂਆ ਜੀ, ਕਿੰਨੇ ਮੈਸੇਜ ਉਹ ਕਿੰਨੇ ਮੈਸੇਜ ਆਏ ਭੈਣ ਭਰਾਵਾਂ ਨੇ ਕਿ ਹਾਂ ਵੀਡੀਓ 'ਚ ਭੂਆ ਜੀ ਨਹੀਂ ਆਉਂਦੇ, ਜੀ ਨਹੀਂ ਲੱਗਣ ਡਿਆ। ਸੱਸ ਬਣਾਇਆ ਵਾ, ਪਰ ਇਹ ਮੈਂਬਰ ਜ਼ਿਆਦਾ ਆ ਵੀਡੀਓ ਦੇ ਵਿੱਚ, ਉਹਦੇ ਅਕੋਰਡਿੰਗ ਜਿਹੜਾ ਸੀਨ ਵਾ ਉਹ ਲੇਟ ਆਉਂਦਾ ਵਾ, ਕਿਉਂਕਿ ਅੱਗੇ ਮੈਂ ਅੱਗੇ ਹੁੰਦਾ ਸੀ। ਜਦੋਂ ਤੁਸੀਂ ਛੱਡਿਆ ਸੀ ਨਾ 4-5 ਦਿਨ, ਇਹਨੇ ਬੜਾ ਦਿਲ ਤੇ ਗੱਲ ਲਾਈ, ਮੇਰੇ ਹੌਲੀ ਹੌਲੀ ਸਮਝਾਇਆ, ਆਪਾਂ ਕਿਹਾ ਕੱਲਾ ਪੇਕਿਆਂ ਨਾਲ ਵੀ ਪਿਆਰ ਰੱਖੋ, ਹੁਣ ਸਹੁਰਿਆਂ ਨਾਲ ਵੀ ਪਿਆਰ ਕਰੋ ਥੋੜਾ ਜਿਹਾ। ਨਹੀਂ ਨਹੀਂ ਅਸਲ ਚ ਸਟੋਰੀ ਇਸ ਹਿਸਾਬ ਨਾਲ ਵਾ, ਸਟੋਰੀਆਂ ਇਦਾਂ ਹੋ ਗਈਆਂ ਵਾ, ਬਾਕੀ ਤਾਂ ਕੋਈ ਗੱਲ ਨਹੀਂ। ਸੀ ਨਹੀਂ ਉਸ ਹਿਸਾਬ ਨਾਲ ਲੇਟ ਆਉਂਦੇ। ਅਸਲ ਤੇ ਜਿੱਦਣ ਵੀਰ ਜੀ ਵਾਲੀ ਵੀਡੀਓ ਬਣਨੀ ਸੀ, ਉਦੋਂ ਭੂਆ ਜੀ ਦਾ ਮੇਨ ਸੀਨ ਸੀ, ਉਦੋਂ ਭੂਆ ਜੀ ਕਿਤੇ ਗਏ ਸੀ ਤੇ ਉਦੋਂ ਉਹ ਮਿਸ ਹੋ ਗਏ ਵਿੱਚੋਂ। ਇਹ ਕਰ ਲੈਨੇ ਜ਼ਗੀਰਦਾਰ 2 ਚਾਲੂ, ਵੱਡੇ ਬੀਬੀ ਜੀ ਬਣਾ, ਵੱਡੇ ਬੀਬੀ ਜੀ ਨਾਲ ਕਮਲ ਵਾਲੀ ਵੀਡੀਓ ਦੇ ਵਿੱਚ ਤੇਰੀ ਸੱਸ, ਤੇਰੀ ਮੰਮੀ ਬਣਾਤੀ ਆ ਨਾ ਭੂਆ, ਹਾਂ ਹਾਂ ਕਿੰਨੇ ਕੁ ਰੋਜ਼ ਆ ਰਹੇ ਨੇ ਮੰਮੀ ਦੇ ਸੀਨ। ਚਲੋ ਕੋਈ ਗੱਲ ਨੀ ਭੂਆ ਜੀ, ਕਿੱਡੀ ਵਾਰ ਵਾਧਾ ਘਾਟਾ ਹੋ ਜਾਏ, ਹੈਨਾ ਤੁਸੀਂ ਕੋਈ ਗੱਲ ਨੀ, ਗੱਲ ਦਿਲ ਤੇ ਨਹੀਂ ਲਾਉਣੀ, ਆਪਣੀ ਨੂੰਹ ਨਾਲ, ਆਪਣੀ ਨੂੰਹ ਤੇ ਪੁੱਤ ਨਾਲ ਤੁਸੀਂ ਲੜਾਈ ਨਹੀਂ ਕਰਨੀ, ਕੋਈ ਗੱਲ ਨੀ ਆਪਾਂ ਆਇਆ ਕਰਾਂਗੇ ਵੀਡੀਓ। ਨਹੀਂ ਨਹੀਂ ਭਰਾਵਾ, ਲੜਾਈ ਨਹੀਂ ਕਰਦੇ ਅਸੀਂ, ਮੈਨੂੰ ਬੜੇ ਕਮੈਂਟ ਆਉਂਦੇ ਆ ਕਿ ਸਾਨੂੰ ਵਲੌਗ ਬਣਾ ਕੇ ਦੱਸੋ ਜਾਂ ਵਿੱਕੀ ਹੋਣਾ ਜਾਂ ਕਵਰ ਹੋਣਾ, ਕੋਈ ਗੱਲ ਨਹੀਂ ਹੋਈ, ਮੈਂ ਇੱਦਾਂ ਦੀ ਗੱਲ ਦੀ ਕੋਈ ਨਹੀਂ ਯਾਰ ਹੈਗੀ, ਪਤਾ ਕੀ ਆ ਆਪੇ ਹੀ ਸਾਰੇ ਜੱਜ ਕਰਨ ਡਿਆ ਪੀਂਦੇ, ਪਤਾ ਨਹੀਂ ਕੀ ਗੱਲ ਹੋਈ, ਕਿਹੜੀ ਗੱਲ ਲੈਣਾ ਛੱਡਤਾ, ਬਿਜਲੀ ਗੱਲ ਦਾ ਕਿਹਨੂੰ ਪਤਾ ਨਹੀਂ ਹੁੰਦਾ, ਇਹ ਗੱਲ ਹੋ ਜਾਂਦੀ ਆ। ਦੱਸਾਂ ਕੀ ਆ ਵੀਰ ਜੀ, ਭੈਣ ਪਿਆ ਆਪਣੀ, ਹਾਂਜੀ ਲਗਾਤਾਰ, ਤੇ ਨਾਲੇ ਉਹਨਾਂ ਦਾ ਸਾਡੇ ਨਾਲ ਦਿਲੋਂ ਪਿਆਰ ਆ, ਦਿਲੋਂ ਜੁੜੇ ਆ, ਤਾਂ ਹੀ ਅਗਲੇ ਕਹਿੰਦੇ ਆ ਹੱਕ ਵੀ ਸਮਝਦੇ ਆ। ਮੇਰੀ ਗੱਲ ਸੁਣ, ਜਿਹਨੂੰ ਚੇਤਾ ਭੁੱਲ ਗਿਆ ਪੀਤੀ, ਤੈਨੂੰ ਮੈਂ ਕਿਹਾ ਸੀ ਨਾ ਮੇਰਾ ਜਿੱਦਾਂ ਚੈਨਲ ਚੱਲਿਆ ਤੈਨੂੰ ਮੈਂ ਸੂਟ ਲੈ ਕੇ ਦਊਂਗਾ, ਮੇਰਾ ਚੈਨਲ ਚੱਲ ਗਿਆ ਤੇ ਲੋਕੀ ਵਿੱਚ ਕਮੈਂਟ ਕਰਦੇ ਹਾਏ ਇਹਦਾ ਸੂਟ ਬਣ ਗਿਆ, ਸਮਝ ਨਹੀਂ ਲੱਗਦੀ ਕਿਹੜੇ ਸੂਟ ਦੀ ਗੱਲ ਕਰਦੇ ਹੋ। ਹਾਇਆ ਤਾਂ ਹੀ ਆਈ ਪਾਪੀ, ਮੈਂ ਤੈਨੂੰ ਕੱਲ ਪਰਸੋਂ ਕਹਿੰਦੀ ਪਾਪੀ ਮੇਰੇ ਪਹੁੰਚੇ ਨੇ ਚਲੀਏ ਚੇਤਾ ਕਰਾਤਾ, ਚਲ ਹੁਣ ਬਈ ਭਾਬੀ ਚੇਤਾ ਰੱਖਣਾ, ਵੀਡੀਓ ਬਣਾ ਕੇ ਇਹਨਾਂ ਨੂੰ ਨਾਲ ਖੜਨਾ ਦੋਵਾਂ ਜੀਆਂ ਨੂੰ, ਤੇ ਹੁਣ ਸੂਟ ਬਣਾ ਕੇ ਦੇਣਾ। ਚਲ ਮੈਂ ਤੁਹਾਡੀ ਇੰਨੀ ਕੁ ਹਮਾਇਤ ਕਰ ਦਿੰਦੀ ਆ ਕਿ ਮੈਂ ਜ਼ਿਆਦਾ ਮਹਿੰਗਾ ਨਹੀਂ ਸੂਟ ਲਊਂਗੀ,
ਥੋੜਾ ਜਿਹਾ ਚੱਲ ਭਰਾ ਆਪਣੀ ਮਰਜ਼ੀ ਆ ਲੈ ਲਈ ਫੇ ਕੱਲ ਨੂੰ ਇਹ ਨਾ ਕਹੀ ਕਿ ਮੈਂ ਸਸਤਾ ਲਿਆ ਆਹ ਠੀਕ ਹੈ ਨਾ ਸਾਡੇ ਵਾਲੋ ਤੇ ਜਿੰਨਾ ਮਰਜ਼ੀ ਮਹਿੰਗਾ ਲੈ ਲਈ ਚਲੋ ਜੀ ਆਹ ਮਤਲਬ ਚਲੋ ਬਈ ਆ ਮੇਰਾ ਇੱਕ ਸੂਟ ਫੇਰ ਬਣ ਗਿਆ ਹਾਂ ਹਾਂ ਇਦਾਂ ਕਰੀ ਜਾਣ ਲਿਆ ਕਿ ਸਾਰੇ ਭੈਣ ਭਰਾ ਕਰੇ ਪੀਚੀਆ ਸੂਟ ਬਣ ਗਿਆ ਪੀਚੀਆ ਸੂਟ ਆਇਆ ਕਿ ਕਿਹੜੀ ਗੱਲ ਕਰਦਾ ਸਭ ਨੂੰ ਮੈਨੂੰ ਵੀ ਨਹੀਂ ਗਈ ਇਹਨੇ ਉਦੋਂ ਕਿਤੇ ਕਿਹਾ ਕਿਹਾ ਸੀਗਾ ਤਾਂ ਮੈਂ ਕਿਹਾ ਮੈਨੂੰ ਕਿੰਨੇ ਲੈ ਕੇ ਦੇਣਾ ਇਹ ਜਾਣ ਕੇ ਮਾਰਨ ਦੇ ਆਏ ਤੇ ਬਾਕੀ ਸਾਰੇ ਜਣੇ ਨਾ ਟੈਨਸ਼ਨ ਲਓ ਨਾ ਫਿਕਰ ਕਰੋ ਅਸੀਂ ਮਾਮੀ ਨੂੰ ਛੱਡ ਦੇਣੇ ਹੈਗੇ ਮਾਮੀ ਸਾਡੇ ਨਾਲ ਆਪਦੇ ਹੈਗੇ ਆ ਤੁਸੀਂ ਇਹ ਕਹਣਾ ਤੂੰ ਆ ਜੀ ਸਾਡੀਆਂ ਸੱਜੀਆਂ ਖੱਬੀਆਂ ਬਾਹਾਂ ਨੇ ਚਾਚੀ ਜੀ ਦਾ ਘਰ ਲਾਗੇ ਲਾਗੇ ਆ ਉੱਥੇ ਸਾਨੂੰ ਸਾਰੇ ਮੈਂਬਰ ਇਕੱਠੇ ਮਿਲ ਜਾਂਦੇ ਭੂਆ ਜੀ ਥੋੜੇ ਜਿਹੇ ਇੱਥੋਂ ਹਟ ਗਏ ਆ ਹਨਾ ਤੇ ਕੋਈ ਗੱਲ ਨੀ ਬਾਅਦ ਚ ਭੂਆ ਜੀ ਫਿਕਰ ਨੀ ਕਰਦੀ ਠੀਕ ਆ ਨਾ ਹਾਂ ਹੋਰ ਕੀ ਅਸੀਂ ਤੁਹਾਡੇ ਨਾਲ ਹਾਲ ਸਹੀ ਗੱਲ ਆ ਹੁਣ ਕਈਆਂ ਵੀਡੀਓ ਚ ਮੰਮੀ ਵੀ ਨੀ ਆਉਂਦੇ ਹੈਗੇ ਕਿੰਨੀਆਂ ਵੀਡੀਓ ਚ ਮੰਮੀ ਨਹੀਂ ਆਉਣ ਡੇ ਹੈਗੇ ਹਨਾ ਇਹ ਆ ਕਿ ਚਲੋ ਕੋਈ ਗੱਲ ਨੀ ਨਾਲੇ ਕੀ ਆਂਦੇ ਹੁੰਦੇ ਆ ਜਿਹੜਾ ਪੈਸਾ ਜਿਹੜਾ ਦਾਣਾ ਪਾਣੀ ਜਿਹਨੂੰ ਜਿਹੜਾ ਕਰਮਾਂ ਚ ਮਿਲਣਾ ਉਹੀ ਹੋਈ ਆ ਓਦਾਂ ਤੁਹਾਡਾ ਹਮੇਸ਼ਾ ਉੱਥੇ ਚਾਹ ਪਾਣੀ ਰੋਟੀ ਪਾਣੀ ਹੁੰਦਾ ਵਾ ਹੁਣ ਕਿੰਨੇ ਦੇਣਾ ਨਹੀਂ ਆ ਉਧਰ ਹੈਗਾ ਸਹੀ ਗੱਲ ਆ ਨਾ ਬੁਰਾ ਦਾਣੇ ਸਹੀ ਗੱਲ ਚਲੋ ਕੋਈ ਨੀ ਅੱਜ ਲੈਂਦੇ ਆ ਵੀਡੀਓ ਚ ਭੂਆ ਨੂੰ ਹਨਾ